ਸਰ ਮਤਲਬ ਸਾਨੂੰ ਥਾਣੇ ਵਿੱਚ ਇਹਨਾਂ ਨੇ ਬੁਲਾਇਆ ਫੈਸਲੇ ਲਈ ਭਰਾ ਦਾ ਝਗੜਾ ਸੀ ਦੋਵੇਂ ਥਾਣੇ ਵਾਲਿਆਂ ਨੇ ਉੱਥੇ ਦਰਖਾਸਤ ਦਿੱਤੀ ਮਤਲਬ ਭਰਾ ਦੇ ਸਹੁਰਿਆਂ ਨੇ ਦਰਖਾਸਤ ਦਿੱਤੀ ਫੈਸਲੇ ਲਈ ਬੁਲਾਇਆ ਖਲਚੀਆਂ ਸਰ ਉੱਥੇ ਫੈਸਲਾ ਹੋ ਗਿਆ ਸੀ ਪਰ ਜਦੋਂ ਅਸੀਂ ਫੈਸਲੇ ਲਈ ਗਏ ਸੀ ਐਸ ਐਚ ਓ ਨੇ ਪਹਿਲਾਂ ਜਦੋਂ ਮੈਂ ਬੋਲਣਾ ਸਟਾਰਟ ਕੀਤਾ ਵੀ ਸਾਡੇ ਡੈਡੀ ਉਹਨਾਂ ਨੇ ਕਿੰਨੇ ਤਰਲੇ ਕੱਢੇ ਸੀ ਵੀ ਨਾ ਜਾ ਨਵ ਅਤੇ ਐਸ ਐਚ ਓ ਮੈਨੂੰ ਕਹਿੰਦਾ ਅਨਪੜ੍ਹ ਗਵਾਰੇ ਜੀ ਬਾਹਰ ਨਿਕਲ ਜਾ ਤੂੰ ਉਸ ਤੋਂ ਬਾਅਦ ਫੈਸਲਾ ਹੋ ਗਿਆ ਭਰਾ ਦੇ ਸਿਗਨੇਚਰ ਹੋ ਗਏ ਅਤੇ ਥਾਣੇ ਤੋਂ ਇੱਥੋਂ ਕਮਰੇ ਤੋਂ ਬਾਹਰ ਆ ਕੇ ਇਹਨਾਂ ਨੇ ਮਤਲਬ ਕੁੜੀ ਤੋਂ ਭਤੀਜੀ ਤੋਂ ਲੜਾਈ ਹੋਈ ਉਹ ਫੜਨ ਲੱਗਿਆ ਉਹਦੀ ਮੰਮੀ ਨੇ ਮੈਨੂੰ ਕਿਹਾ ਸਿਆਪੇ ਦੀ ਜੜ ਸਾਰੀ ਤੂੰ ਏ ਅਤੇ ਤੇਰਾ ਸਿਆਪਾ ਲਾ ਕੇ ਜਾਣਾ ਏ ਅਤੇ ਉਸ ਤੋਂ ਬਾਅਦ ਉਹਨਾਂ ਦੇ ਫੈਮਿਲੀ ਮੈਂਬਰ ਮਾਮਾ ਚਾਚਾ ਭਰਾ ਅਤੇ ਉਹਦੇ ਡੈਡੀ ਜਿਹੜੇ ਉਹਨਾਂ ਨੇ ਵਾਲਾਂ ਤੋਂ ਆ ਕੇ ਫੜ ਕੇ ਮਾਰਨਾ ਹੀ ਸ਼ੁਰੂ ਕਰ ਦਿੱਤਾ ਇੰਗਲੈਂਡ ਵਾਲੇ ਮਾਮਾ ਜਿਹੜੇ ਉਸ ਤੋਂ ਬਾਅਦ ਸਰ ਐਸ ਐਚ ਓ ਨੇ ਵੀ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਵੀ ਤੁਸੀਂ ਆਪਣੀ ਭੜਾਸ ਕੱਢ ਲਓ ਦਰਵਾਜ਼ਾ ਬੰਦ ਸੀ ਅਤੇ ਬਾਅਦ ਵਿੱਚ ਡਰਾ ਦਿੱਤਾ ਵੀ ਤੁਹਾਨੂੰ ਜਨਾਨਾ ਪੁਲਿਸ ਲਿਆ ਕੇ ਤੁਹਾਡੀ ਬੇਇੱਜ਼ਤੀ ਕਰਨੀ ਹੈ ਨਹੀਂ ਤਾਂ ਇੱਥੋਂ ਭੱਜ ਜਾਓ ਨਵਜੋਤ ਕੌਰ ਅਤੇ ਅਨਮੋਲ ਸਿੰਘ ਅਨਮੋਲਕ ਸਿੰਘ ਪਿਤਾ ਦਾ ਨਾਮ ਅਵਤਾਰ ਸਿੰਘ ਐਸ ਐਚ ਓ ਖਲਚੀਆਂ ਸਰ ਉਹਨਾਂ ਨੇ ਸਾਡੇ 'ਤੇ ਪਰਚਾ ਕੀਤਾ 295A ਦਾ ਸਰ ਅਸੀਂ ਉਹਨਾਂ ਦੀ ਬੇਅਦਬੀ ਕਿੱਦਾਂ ਕਰ ਸਕਦੇ ਅਸੀਂ ਤਾਂ ਖੁਦ ਗੁਰਸਿੱਖ ਹਾਂ ਅਤੇ ਸਰ ਮਤਲਬ ਉਹਨਾਂ ਨੇ ਸਾਡੇ 'ਤੇ ਪਰਚਾ ਕੱਟਿਆ ਹੈ 295A ਦਾ ਝੂਠਾ ਪਰਚਾ ਕੱਟਿਆ ਹਾਂਜੀ ਸਰ ਕੱਪੜੇ ਵੀ ਪਾੜਤੇ ਉਹਦੇ ਮਾਮੇ ਨੇ ਅਤੇ ਉਹਦੇ ਚਾਚੇ ਨੇ ਮਤਲਬ ਗੱਲ ਤੋਂ ਫੜਿਆ ਭਰਾ ਨੇ ਥਾਣੇ ਦੇ ਅੰਦਰ ਮਾਮੇ ਦਾ ਤਰਲੋਚਨ ਸਿੰਘ ਇੰਗਲੈਂਡ ਦਾ ਹਾਂਜੀ ਸੱਟਾਂ ਵੀ ਲੱਗੀਆਂ ਸਰ ਸੈਸ਼ਨ ਤੋਂ ਇਨਸਾਫ ਦੀ ਮੰਗ ਕਰਦੇ ਹਾਂਜੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੋਇਆ ਸਰ ਅਸੀਂ ਹਾਈ ਐਸ ਇੱਥੇ ਦਿਹਾਤੀ ਐਸ ਐਸ ਪੀ ਦੇ ਵੀ ਪੇਸ਼ ਹੋਏ ਹਾਂ ਉਸ ਤੋਂ ਬਾਅਦ ਸਰ ਸਾਨੂੰ ਉਹਨਾਂ ਨੇ ਕਿਹਾ ਡੀ ਐਸ ਪੀ ਦੇ ਬਾਬੇ ਬਕਾਲੇ ਚਲ ਜਾਓ ਜਦੋਂ ਅਸੀਂ ਉੱਥੇ ਜਾਣਾ ਸੀ ਅਤੇ ਉਸ ਤੋਂ ਅਗਲੇ ਦਿਨ ਕਿਹਾ ਵੀ ਫੋਨ ਆਇਆ ਵੀ ਜੇ ਤੁਸੀਂ ਉੱਥੇ ਗਏ ਤੁਹਾਨੂੰ ਉੱਥੋਂ ਅਰੈਸਟ ਕਰ ਲੈਣਾ ਸਰ ਇਸ ਇੱਕ ਹੋਰ ਗੱਲ ਹੈ ਸਰ ਜੇ ਥਾਣੇ ਦੇ ਵਿੱਚ ਮੇਰੇ ਨਾਲ ਕੁੱਟਮਾਰ ਕਰ ਸਕਦੇ ਆ ਅਤੇ ਸਰ ਮੈਨੂੰ ਇਹਨਾਂ ਤੋਂ ਖਤਰਾ ਹੈ ਮੇਰੇ ਨਾਲ ਬਾਹਰ ਵੀ ਕੁਛ ਵੀ ਕਰ ਸਕਦੇ ਆ ਹਾਂਜੀ ਐਸ ਐਚ ਓ ਨੇ ਸਰ ਉਹਨਾਂ ਦੀ ਹੀ ਗੱਲ ਕੀਤੀ ਸਾਡੀ ਕੋਈ ਨਹੀਂ ਅਸੀਂ ਪਰਚੇ ਕਿਹਾ ਪਰਚਾ ਉਸ ਤੋਂ ਬਾਅਦ ਅਸੀਂ ਤਰਸਿੱਕੇ ਥਾਣੇ ਆ ਕੇ ਕਿਹਾ ਉਹਨਾਂ ਨੇ ਕਿਹਾ ਸਾਨੂੰ ਐਸ ਐਚ ਓ ਦਾ ਫੋਨ ਆ ਗਿਆ ਹੈ ਅਸੀਂ ਤੁਹਾਡੀ ਕੋਈ ਕਾਰਵਾਈ ਨਹੀਂ ਮਤਲਬ ਅਸੀਂ ਇਸ ਕੇਸ ਦੀ ਕਰਨੀ ਸਰ ਇਨਸਾਫ ਦੀ ਮੰਗ ਕਰਦੇ ਸੈਸ਼ਨ ਤੋਂ ਸਰ ਸਾਨੂੰ ਉਹਨਾਂ ਨੇ ਖਲਚੀਆਂ ਥਾਣੇ 'ਚ ਸੱਦਿਆ ਵੀ ਤੁਹਾਡੇ ਬਿਆਨ ਹੋਣਗੇ ਅਤੇ ਐਚ ਐਸ ਓ ਦਾ ਹੀ ਕੋਈ ਮੁਲਾਜ਼ਮ ਆਇਆ ਸੀ ਅਤੇ ਉਹ ਆਉਂਦਾ ਸੀ ਉਹੀ ਬੰਦੇ ਹੁਣ ਜਿਨ੍ਹਾਂ 'ਤੇ ਦਰਖਾਸਤ ਦਿੱਤੀ ਗਈ ਆ ਸਰ ਆਉਂਦੇ ਸੀ ਵੀ ਤੁਹਾਡੇ 'ਤੇ ਦਾਜ ਦਾ ਪਰਚਾ ਦੇਵਾਂਗੇ ਅਤੇ ਚਲੋ ਅਸੀਂ ਗਏ ਆਪਣੀ ਫੈਮਿਲੀ ਮੈਂਬਰ ਸਾਰੇ ਲੈ ਗਏ ਅਤੇ ਉੱਥੇ ਜਾ ਕੇ ਪੁੱਛਿਆ ਉਹਨਾਂ ਨੇ ਵੀ ਰਾਜੀਨਾਮਾ ਸਾਡਾ ਵੀ ਤੁਸੀਂ ਚਾਹੁੰਦੇ ਕੁੜੀ ਖੜਨੇ ਅਸੀਂ ਇੱਥੇ ਖੜਦੇ ਹਾਂ ਜੇ ਕੁੜੀ ਤੁਹਾਡੀ ਰਵੇ ਤਾਂ ਕੁੜੀ ਤੁਹਾਡੀ ਰਹਿੰਦੀ ਆਪ ਨਹੀਂ ਆ ਅਤੇ ਕਸੂਰ ਸਾਡੇ ਰਿਸ਼ਤੇਦਾਰਾਂ ਦਾ ਕੱਢਦੇ ਕੁੜੀਆਂ ਦਾ ਕੱਢੀ ਜਾਂਦੇ ਅਤੇ ਦੋਵਾਂ ਜੀਜਿਆਂ ਦਾ ਕੱਢੀ ਜਾਂਦੇ ਅਤੇ ਸਾਡਾ ਤਾਂ ਕੋਈ ਕਸੂਰ ਹੀ ਨਹੀਂ ਰੱਖਣਾ ਮੁੰਡੇ ਨੇ ਰਹਿਣਾ ਉਹਨੇ ਨਹੀਂ ਰਵੇ ਅਤੇ ਮੁੰਡਾ ਦੋਵੇਂ ਜੀ ਰਹਿਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਥਾਣੇ 'ਚ ਫੈਸਲਾ ਆਇਆ ਮੈਂ ਰਣਜੀਤ ਸਿੰਘ ਹਾਂ ਪਿੰਡ ਸੁਲਤਾਨਗੜ੍ਹ ਤੋਂ ਜਦੋਂ ਰਾਜੀਨਾਮਾ ਆਇਆ ਮੈਂ ਸੈਨ ਕੀਤੇ ਆ ਉਸ ਤੋਂ ਬਾਅਦ ਹਜਿੰਦਰ ਸਿੰਘ ਦੇ ਸੈਨ ਹੋਏ ਆ ਉਸ ਤੋਂ ਬਾਅਦ ਇੱਕ ਇਹਨਾਂ ਦਾ ਮਾਮਾ ਜੀ ਦਾ ਲੜਕਾ ਉਹਦੇ ਸੈਨ ਹੋਏ ਇੱਕ ਮੋਹਤਬਰ ਬੰਦਾ ਹੈ ਕੋਈ ਉਹਨਾਂ ਦਾ ਦੋਸਤ ਸੀ ਉਹਨੇ ਸੈਨ ਥਾਣੇ ਵਿੱਚ ਝਗੜਾ ਹੋਇਆ ਕਿਉਂ ਝਗੜਾ ਹੋਇਆ ਕਦੋਂ ਹੋਇਆ ਕਿੱਦਾਂ ਹੋਇਆ ਸਰ ਜਦੋਂ ਅਸੀਂ ਫੈਸਲਾ ਕਰਕੇ ਬਾਹਰ ਆ ਗਏ ਲੜਕੀ ਫੜਾਈ ਆ ਉਹਦੀ ਮੰਮੀ ਜੀ ਨੂੰ ਉਹ ਮੈਂ ਹੀ ਉੱਥੇ ਖਲੋਤਾ ਇਹਨਾਂ ਨੂੰ ਆਉਂਦੇ ਕਹਿੰਦੀ ਤੇਰਾ ਇਹ ਸਿਆਪਾ ਕੁੜੀ ਹੈ ਤੇਰਾ ਜਿਹੜਾ ਸਿਆਪਾ ਨਾਲ ਲਬੇੜ ਕੇ ਅੱਜ ਛੱਡਾਂਗੇ ਅਤੇ ਕੁੱਟ ਮਾਰ ਡੈ ਪਏ ਕਰਨ ਕੁੜੀ ਨਾਲ ਇਹਨਾਂ ਦੀ ਮੰਮੀ ਜੀ ਪਹਿਲਾਂ ਪਏ ਫਿਰ ਹਾਂਜੀ ਥਾਣੇ ਦੇ ਵਿੱਚ ਹੀ ਹੋਈ ਲੜਾਈ ਫਿਰ ਇਹਨਾਂ ਦਾ ਮਾਮਾ ਇੰਗਲੈਂਡ ਵਾਲਾ ਚਾਚਾ ਹਜਿੰਦਰ ਸਿੰਘ ਇਹਨਾਂ ਦੇ ਫਾਦਰ ਦਾ ਨਾਮ ਦਾ ਤਾਂ ਪਤਾ ਨਹੀਂ ਇਹਨਾਂ ਦੇ ਫਾਦਰ ਵੀ ਲੜਕੀ 'ਤੇ ਪਏ ਆ ਅਤੇ ਇੱਕ ਇਹਨਾਂ ਦਾ ਚਾਚੇ ਦਾ ਲੜਕਾ ਵੀ ਆ ਉਹ ਵੀ ਪਿਆ ਹੈ ਸਰ ਮਾਰਕੀਟ ਆਈ ਇਹਨੂੰ ਕੁੜੀ ਨੂੰ ਪਏ ਆ ਸਾਰੇ ਹੀ ਕੁੜੀ ਨੂੰ ਪਏ ਸਾਰਿਆਂ ਦੇ ਸਰ ਉਹਨਾਂ ਪਰਚਾ ਆਪਣੀ ਧਾਰਾ ਕੱਟ ਕੇ ਉਹਨਾਂ ਸਾਡੇ 'ਤੇ ਪਰਚਾ 295 ਲਾ ਤੀ
गुरसिख फैमिली जो अं है बिलोंग करते अं आप खुद सिख हाँ असं यह माड़ी हरकत कर दी ना कर दी हाँ।